ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਕਰਦੇ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਤੇ ਅੱਜ ਮਣੀ ਕਿਹੜਾ ਵਲੌਗ ਆ? ਅੱਜ ਸਾਡੇ ਐਲਬਮ ਦਾ ਨੈਕਸਟ ਵਲੌਗ ਆ। ਹਾਂਜੀ, ਅੱਜ ਹੈਗਾ ਜੀ 42 ਐਲਬਮ ਦਾ ਵਲੌਗ। ਤੁਸੀਂ ਸਾਰਿਆਂ ਨੇ ਬਹੁਤ ਵੇਟ ਕੀਤੀ ਸੀ, ਇਸ ਕਰਕੇ ਅਸੀਂ ਬਿਜ਼ੀ ਸੀ 3-4 ਦਿਨਾਂ ਤੋਂ, ਤੇ ਹੁਣ ਆਏ ਜੀ। ਉਹ ਵਾਲਾ ਵਲੌਗ ਅੱਜ ਅਸੀਂ ਸ਼ੂਟ ਕਰਨਾ ਵਾ। ਰਾਤ ਦੇ ਹੋ ਗਏ ਆ, 10 ਵਜ ਗਏ ਆ, ਤੇ ਅਸੀਂ ਆਏ ਆ ਦੀਦੀ ਘਰੇ ਆਪਣੀ ਫਰੀਦਕੋਟ। ਤੇ ਅੱਜ ਦੀਦੀ ਦਾ ਕਾਕਾ ਨਿੱਕੂ ਜਿਹਾ ਆ ਜਾ ਇਹ ਉਦੋਂ ਤਾਂ ਕਹੀ ਜਾਂਦਾ ਵਾ ਕਿ ਮੈਨੂੰ ਮਾਮੂ ਮੇਰੇ ਵਲੌਗ ਚ ਲੈ ਕੇ ਆਓ। ਚੱਲ ਸਤਿ ਸ਼੍ਰੀ ਅਕਾਲ ਬਲੌਗ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਾਂ ਸਤਿ ਸ਼੍ਰੀ ਅਕਾਲ ਜੀ। ਇਹਨਾਂ ਦਾ ਬਹੁਤ ਪਿਆਰ ਆ, ਮੈਨੂੰ ਸਾੜਦੇ ਰਹਿੰਦੇ ਪਿਆਰ ਕਰਕੇ। ਮਾਮੂ ਮੇਰਾ ਨਾਮ ਲੈ ਦਿਓ, ਮੈਂ ਵੀ ਦੇ ਘਰੇ ਆਇਆ ਆ। ਹਾਂ ਮੈਂ ਅਵੀ ਘਰੇ ਆਇਆ ਜੀ। ਚੱਲ ਅਵੀ ਇੱਥੇ ਆਓ ਮੇਰੇ ਲੱਗੇ, ਦਿਖਾਓ ਸਾਰਿਆਂ ਨੂੰ। ਲਓ ਜੀ ਇਹ ਆ ਜੀ ਸਾਡੇ ਵਿਆਹ ਦੀ ਐਲਬਮ। ਆਹ ਵੇਖੋ ਕਿੰਨਾ ਸੋਹਣਾ ਮੁੰਡਾ। ਅਵੀ ਮਾਮੂ ਜ਼ਿਆਦਾ ਸੋਹਣਾ ਲੱਗਣ ਡਿਆ ਕੇ ਮਾਮੀ? ਚਲੋ ਮਾਸ਼ੋ ਜੀ, ਇਹ ਆ ਜੀ ਫਰੰਟ ਪੇਜ। ਸਹਿਜਬੀਰ ਸਿੰਘ ਵੈਟਸ ਮਨਪ੍ਰੀਤ ਕੌਰ। ਚਲੋ ਪਲਟਾਓ ਪਹਿਲਾ ਪੇਜ। ਸਾਰਾ ਪੁਰਾਣਾ ਚੇਤਾ ਆ ਗਿਆ ਮੈਨੂੰ, ਜੋ ਵਿਆਹ ਵਿਆਹ ਸੀ। ਹਾਂ ਤੈਨੂੰ ਵੀ ਵਿਆਹ ਯਾਦ ਆ ਗਿਆ? ਤੇ ਆ ਜੀ ਫਰੰਟ ਪੇਜ। ਹਾਂ ਪਤਲਾ ਸੀ ਉਦੋਂ ਮੈਂ। ਇੱਧਰ ਵੇਖੋ ਜੀ ਡਿਫਰੈਂਟ ਡਿਫਰੈਂਟ ਪੋਜ਼। ਵਿਆਹ ਚੁੱਕੀ ਪੁੱਤ, ਚੱਲ ਮਣੀ ਕੱਢ ਕੇ। ਲਓ ਜੀ ਲਵ ਫੋਰ ਐਵਰ। ਸੋਹਣੀਆਂ ਆਈਆਂ ਫੋਟੋਆਂ ਸਾਰੀਆਂ, ਹੈ ਨਾ ਮਣੀ? ਫਿਰ ਮੈਂ ਹਣਾ ਮਣੀ, ਮੇਰਾ ਪੁਰਾਣਾ ਡਾਇਲੋਗ ਆ ਗਿਆ ਵਾਪਸ। ਐਂ ਚੁੰਨੀ ਵਾਲਾ ਪੋਜ਼, ਯੇ ਆਪ ਹੀ ਹੈ ਮੈਡਮ? ਯੇ ਵਾਲੀ ਲੜਕੀ ਆਪ ਹੀ ਹੈ? ਹਾਂਜੀ ਐਂ ਕਲੀਰੇ ਵਾਲੀ ਪੋਜ਼। ਤੁਹਾਨੂੰ ਸਾਰੀ ਫੋਟੋਆਂ ਤੋਂ ਯਾਦ ਨਹੀਂ ਆਇਆ ਕੁਛ ਮੈਂ ਕੀ ਕੀਤਾ ਸੀ ਉਦੋਂ? ਰੋ ਪਈ ਤੂੰ ਉੱਥੇ ਫੋਟੋਆਂ, ਇਹ ਫੋਟੋਆਂ ਖਿਚਾਉਂਦੀ ਕਿਉਂ ਦੀ? ਰੋ ਪਈ ਉੱਥੇ, ਰੋਈ ਕਿਉਂ ਦੱਸੀ ਮੜਾ ਜਾ? ਤਾਂ ਕੋਈ ਬ੍ਰਾਈਡਰ ਰੋਈ ਹੋਊਗੀ। ਰੋਈ ਕਿਉਂ ਮਣੀ ਤੂੰ? ਰੋਈ ਮੈਂ ਤਾਂ ਹੀ ਕਿਉਂਕਿ ਫੋਟੋਗ੍ਰਾਫਰ ਬਹੁਤ ਜ਼ਿਆਦਾ ਸੀ, ਇੱਧਰ ਦੇ ਵੀ ਤੇ ਉੱਧਰ ਦੇ ਵੀ। ਕੋਈ ਮੈਨੂੰ ਕਹਿੰਦਾ ਇੱਦਾਂ ਕਰੋ, ਕੋਈ ਮੈਨੂੰ ਕਹਿੰਦਾ ਇੱਦਾਂ ਕਰੋ, ਉੱਤੋਂ ਮੈਨੂੰ ਇਹ ਕਿ ਮੇਰਾ ਵਿਆਹ ਹੋ ਰਿਹਾ, ਮੈਂ ਚੱਲ ਜਾਣਾ, ਮੈਨੂੰ ਵਿਆਹ ਹੀ ਮੌਕਾ ਮਿਲ ਗਿਆ ਰੋਣ ਦਾ। ਤੂੰ ਪਹਿਲਾਂ ਰੋ ਲਿਆ ਨਾ? ਪਹਿਲਾਂ ਰੋ ਲਿਆ ਮੰਮੀ। ਮੈਂ ਉੱਧਰ ਕਹਿਣਾ ਮਣੀ ਇੱਦਾਂ ਕਰੀ ਇੱਦਾਂ ਕਰੀ ਪੋਸ ਜੀ, ਤੇ ਮੈਡਮ ਜੀ ਆਰਾਮ ਨਾਲ ਰੋਣ ਡੀ ਉੱਥੇ। ਇਹਨੂੰ ਰੋਣ ਡੀ ਸੀ ਇਹਨੂੰ? ਪਹਿਲਾਂ ਮੈਂ ਚੁੱਪ ਕਰਾਇਆ, ਮੇਰੀ ਗੱਲ ਸੁਣ, ਪਹਿਲਾਂ ਮੈਂ ਤੈਨੂੰ ਚੁੱਪ ਕਰਾਇਆ ਤੇ ਫਿਰ ਮੈਂ ਫੋਟੋਆਂ ਖਿਚਾਈਆਂ। ਕੱਢ ਅੱਗੇ। ਲਓ ਜੀ ਇੱਕ ਮੈਂ ਬਣੀ ਹੁਣ। ਲਓ ਜੀ ਬੜਾ ਕਹਿਣ ਲੱਗ ਪਿਆ ਹਰ ਗੱਲ 'ਚ। ਲਓ ਜੀ ਸਾਰਿਆਂ ਨੇ ਦੱਸਿਓ ਕਮੈਂਟ ਕਰਕੇ ਕਿ ਕਿਵੇਂ ਦੇ ਲੱਗਦੇ ਪਏ ਸਾਰੇ। ਆ ਪੇਜ ਹੀ ਸਾਰਾ ਮਣੀ ਦਾ ਲਾ ਤਾ, ਮੇਰੇ ਇਕੱਲਿਆਂ ਦਾ ਪੇਜ ਲੱਗਾ ਨਹੀਂ ਮਣੀ, ਕੋਈ ਨਹੀਂ ਹੈਗਾ ਮੇਰੇ ਇਕੱਲਿਆਂ ਦਾ ਪੇਜ। ਮਣੀ ਤੂੰ ਤੇ ਐ ਜਿਵੇਂ ਨਾ ਉਹ, ਤੇਰੀਆਂ ਕਿੰਨੀਆਂ ਮਾਮੀਆਂ ਓਏ? 1, 2, 3, 4, 5, 6, 7, 8, 9 ਮਾਮੀਆਂ ਤੇਰੀਆਂ? 3। ਮੈਡਮ ਜੀ ਕੱਢੋ ਨੈਕਸਟ ਪੇਜ, ਦਿਖਾਈਏ ਸਾਰਿਆਂ ਨੂੰ ਅੱਗੇ ਵੀ। ਲਓ ਜੀ ਇਹ ਆ ਗਏ ਜੀ, ਇਹ ਆਡਾ ਆ ਕੌਣ ਆ ਓਏ? ਸਾਰੇ ਦੱਸਿਓ ਵੀ ਕਿੰਨਾ ਫਰਕ ਆ ਵੀ ਦਾ। ਆਹ ਦੇਖੋ ਇੱਥੇ ਇੱਕ ਟਿੱਡੂ ਜਿਹਾ ਕਿੰਨਾ ਸੋਹਣਾ ਲੱਗਦਾ ਪਿਆ। ਆਹ ਟਿੱਡੂ ਜਿਹਾ ਕੌਣ ਆ ਓਏ? ਕਿੰਨਾ ਫਰਕ ਪੈ ਗਿਆ ਮਣੀ ਇਹਦਾ, ਹਨਾ? ਇੱਧਰ ਪੁੱਤ ਕਰੀ ਮੂੰਹ, ਇਹਦਾ ਫੇਸ ਦਾ ਦੇਖਿਓ ਕਿੰਨਾ ਫਰਕ ਪਿਆ। ਹਾਂ ਅਭੀ ਆਹ ਤੂੰ ਤੇ ਲੱਗਦਾ ਹੀ ਨੀ, ਮੋਟੂ ਮੋਟੂ ਹੋ ਗਿਆ ਮਾਮੀ ਵਰਗਾ ਤੂੰ। ਵੇਲਾ ਇੱਥੇ ਤੂੰ ਪਤਲਾ ਸੀ ਜਦੋਂ ਮਾਮੀ ਨਹੀਂ ਆਈ ਸੀ, ਤੇ ਜਦੋਂ ਦੀ ਮਾਮੀ ਆਈ ਤੂੰ ਮਾਮੀ ਵਰਗਾ ਮੋਟੂ ਮੋਟੂ ਹੋ ਗਿਆ।
मोटा मामी वर्गा तू, मामी भी माड़ी जी पतली पर मोटी है। आ जी मम्मा पापा बहुत सोहने लगते पे, मैं पाना मनी इधर आ जी भूआ फुफड़ जी, ये आ जी छोटी जी मेरे ताया जी दे बेटे दी बेटी, चलो कड्डे अगे। ये आ जी मेरी मासी जी दी बेटी, उन्हां दा हसबैंड, ये ताया जी दा बेटा, उन्हां दी वाइफ ते उन्हां दी बेटी, ते इधर फुफड़ जी आ, ते आ दोवें मेरे फ्रेंड्स आ। ते अभी आ कौन आ, ओए आ दोवें कौन आ? मम्मा पापा। तेरे मम्मा पापा वा? अच्छा पापा मेरे कनाडा गए आ। पापा कनाडा गए आ? पापा की करन गए तेरे? टॉयज लैन गए आ। ते आ जी दीदी ते पाजी, इधर सरदार साहब विच है मनी, इधर भी दीदी, इधर आ जी अपना ड्रेस वाला कोट कलगी सेरा, ये भी दीदी लैके आया जी सेरा, इधर वॉच, इनू कहते मनी भला गल च पाउन, पता नहीं है ना, चेता ही नहीं यार। तो ये कृपान परफ्यूम, तो यह है जी शूज़, इधर सरदार साहब हो गया रेडी, ये बनी टोर, सड़न की स्मैल आँदी पी हूँ, सड़न की स्मैल, अभी सड़न की स्मैल आँदी पी है ना, मामी सड़ती पी है, हाँ आओ वे भी कह दिया सड़ती पी, सरदार साहब भी टोर टोर वेख के गल कहती है, टोर वेख के ता ही सड़ना तू। इधर हो गए जी कलगी लगती पी आ, ये पापा तो फुफड़ जी, इधर आ मेरा फ्रेंड आए का बेटा, इधर हो गया रेडी सेरा, फुफड़ जी भाजी दीदी दे भूआ जी, तुहानू पता ही है, इधर लगता पिया जी सेरा, व्याहुण चलिया जट तेनू सेरा ला के, ओ जट व्याहुण चलिया, जट्टी भी तैयार होनी है ना, जट आने लगा व्याहुण वास्ते, चलो जी इधर हो गए जी रेडी, इधर आ जी मम्मी पापा, मैं सोहना लगन डे वैसे है ना, मैं जिन्ना वैसे बटना मेरे मुंह ते मलिया ही ना उन्ना ग्लो आ गया वैसे, इधर देख तू प्यार चेक कर तू आडा पोज, कैंट लाने का एक सब तो कैंट पोज हो लगा, मैं नहीं दिखाना, लो जी खुशियां जट हो गया तैयार, घोड़ी ते चढ़ गया, किड़ी सोहनी फोटो आई ना मनी, बहुत सोहनी, सर्दी क्यों आ, जे मेरे फोटो सोहनी आ गई सर्दी क्यों आ, है ना भी मेरे फोटो सोहनी आई है ना, मामी सर्दी पी है ना, आ इत्थे रख अभी इदां थोड़ी हुंदा आ, ਕਹ ਮਾਮੀ ਵੀ ਤਾਂ ਸੋਹਣੀ ਆ, ਮਣੀ ਆ ਕੀ ਕਰੀਦਾ ਸੀ, ਕੀ ਬੰਨੀ ਦਾ ਸੀ ਨਾਲ, ਇਹ ਬੰਨਦੀਆਂ ਭੈਣਾਂ, ਕੀ ਆਂਦੇ ਇਹਨੂੰ ਯਾਰ, ਬਾਗ ਗੁੰਦਦੀਆਂ ਬਾਗ, ਇੱਧਰ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ, ਇਹ ਉੱਥੇ ਨਹੀਂ ਪਹੁੰਚੇ ਫੇਰੇ ਵਾਲੇ ਤੇ, ਇਹ ਰਾਹ 'ਚ ਸੀ ਜਦੋਂ ਆਪਾਂ ਤਿਆਰ ਕੇ ਘਰੋਂ, ਹਾਂ ਘਰੋਂ ਵਿਆਹ ਜਦੋਂ ਨਿਕਲਦੇ ਆ ਨਾ ਆਪਾਂ, ਉਦੋਂ ਗੁਰਦੁਆਰੇ ਮੱਥਾ ਟੇਕੀ ਦਾ ਵਾ, ਇਹ ਉਹ ਗੁਰਦੁਆਰੇ ਸੀ, ਲਓ ਜੀ ਪਹੁੰਚ ਗਏ ਹਾਂ ਅਸੀਂ ਲਾਵਾਂ ਵਾਲੇ ਗੁਰਦੁਆਰੇ, ਮਣੀਆ ਦੱਸ ਦਿਓ ਕੌਣ ਕੌਣ, ਇਹ ਆ ਮਾਸੜ ਜੀ, ਮਾਸੀ ਦਾ ਮੁੰਡਾ ਆ, ਮਾਸੀ ਦਾ ਮਾਮਾ ਜੀ ਆ ਵੱਡੇ, ਤੇ ਇੱਧਰ ਜੀ ਆ ਕੌਣ ਆ, ਓਏ ਨਾਨੂ ਨੇ ਚੁੱਕਿਆ, ਆ ਵੀ ਥੋੜੀ ਆ ਮਣੀ, ਇਹ ਤਾਂ ਹੋਰ ਹੀ ਕੋਈ ਆ, ਨਹੀਂ ਇਹ ਚ ਤਾਂ ਤੂੰ ਨਿੱਕੂ ਜਿਹਾ ਲੱਗਦਾ ਪਿਆ, ਹੁਣ ਤੂੰ ਇੰਨਾ ਵੱਡਾ ਹੋ ਗਿਆ, ਆ ਤੇ ਹੋਰ ਹੀ ਕੋਈ ਆ, ਕਿੰਨਾ ਸੋਹਣਾ ਲੱਗਦਾ ਸੀ ਪੁੱਤ ਮੇਰਾ ਉਦੋਂ, ਹੁਣ ਤਾਂ ਮੋਟਾ ਹੋ ਗਿਆ ਤੂੰ, ਓਏ ਪਹਿਲੋਂ ਬੜਾ ਛੋਟਾ ਸੀ, ਤੇ ਇੱਧਰ ਵੀ ਆ ਅਰਦਾਸ, ਆ ਗਈ ਜੀ ਐਂਟਰੀ ਮਣੀ ਦੀ, ਇੱਧਰ ਵੇਖੋ ਨਾ, ਮੈਂ ਨੀ ਵਿਖਾਉਣਾ, ਵੇਖ ਲਓ ਜੀ ਟੌਰ ਮਣੀ ਦੀ, ਸਾਰੇ ਜਣੇ ਦੇਖ ਲਓ ਸਿਰ ਤੋਂ ਲੈ ਕੇ ਪੈਰਾਂ ਤੱਕ ਫਾਊਂ ਮੈਂ, ਇੱਧਰ ਸਰਦਾਰ ਸਾਹਿਬ ਹੋ ਕੇ ਰੈਡੀ ਹੋ ਕੇ ਬੈਠੇ ਪੂਰੇ ਮਣੀ ਦੀ ਵੇਟ 'ਚ, ਇਹ ਮਣੀ ਕਦੋਂ ਆਉ ਤੇ ਕਦੋਂ ਲਾਵਾਂ ਲਈਏ, ਆਹ ਟਾਈਮ ਬਹੁਤ ਔਖਾ ਹੁੰਦਾ ਲਾਵਾਂਗਾ, ਸਭ ਤੋਂ ਔਖਾ ਟਾਈਮ, ਨਰਵਸ ਹੋ ਜਾਂਦਾ ਬੰਦਾ ਨਾ, ਬਹੁਤ ਨਰਵਸ ਹੋਈਦਾ, ਤੂੰ ਹੋਈ ਸੀ ਨਰਵਸ, ਮੈਂ ਬਹੁਤ ਜ਼ਿਆਦਾ, ਮੈਂ ਹੋਇਆ ਸੀ ਪਰ ਮੈਂ ਇੰਨਾ ਨਹੀਂ ਹੋਇਆ ਸੀ, ਇੱਧਰ ਜੀ ਮਾਮਾ ਜੀ ਲਾਉਂਦੇ ਪਏ ਆ ਸੇਰਾ, ਤੇ ਭੈਣ ਦੀ ਝੋਲੀ 'ਚ ਪਾਉਂਦੇ ਆ,
ਮਣੀ ਤੁਹਾਡੇ ਕਿੱਦਾਂ ਕਰਦੇ ਆ? ਸਾਡੇ ਲਾਉਂਦਾ ਜੀਜਾ, ਜੀਜਾ ਜੀ ਉਹ ਲਾਉਂਦੇ ਆ ਤੇ ਉਹੀ ਭੈਣ ਦੀ ਝੋਲੀ ਚ ਲਾਉਂਦੇ ਆ। ਸਾਡੇ ਮਾਮਾ ਜੀ ਲਾਉਂਦੇ ਆ, ਸਾਡੇ ਨਹੀਂ ਇੱਦਾਂ ਲਾਉਂਦੇ। ਤੇ ਇੱਧਰ ਚਾਚਾ ਜੀ ਫੜਾਉਂਦੇ ਪਏ ਆ ਜੀ ਪੱਲਾ। ਚਲੋ ਜੀ ਨੈਕਸਟ ਆ ਜਾਓ। ਇਹ ਹੁੰਦੇ ਪਏ ਆ ਜੀ ਲਾਵਾਂ। ਮਣੀ ਮੇਰਾ ਮੂੰਹ ਦੇਖ ਕਿੰਨਾ ਨਰਵਸ ਸੀ ਮੈਂ। ਮਣੀ ਤੂੰ ਤਾਂ ਅੱਖਾਂ ਹੀ ਨਹੀਂ ਚੁੱਕੀਆਂ ਤਾਂ ਹਨਾ, ਤੂੰ ਨੇ ਅੱਖਾਂ ਤਾਂ ਚੁੱਕੀਆਂ, ਕਿਸੇ ਵੀ ਵਿੱਚ ਦੇਖ ਲਈਆਂ, ਇੱਧਰ ਦੇਖ ਲਾ, ਕਿਸੇ ਵਿੱਚ ਨਹੀਂ ਮਣੀ ਨੇ ਅੱਖਾਂ ਤਾਂ ਚੁੱਕੀਆਂ। ਬਹੁਤ ਜ਼ਿਆਦਾ ਨਰਵਸ ਸੀ, ਡਰ ਬੜਾ ਲੱਗਦਾ ਹਨਾ, ਪਤਾ ਨਹੀਂ ਕੀ ਹੋ ਜਾਣਾ ਹੁੰਦਾ। ਚਲੋ ਜੀ ਇੱਧਰ ਲਾਵਾਂ ਹੋ ਗਈਆਂ ਕੰਪਲੀਟ। ਇਹ ਜੱਟ ਨੇ ਵਿਆਹ ਲਿਆ ਤੈਨੂੰ, ਉਹ ਜੱਟ ਨੇ ਵਿਆਹ ਲਿਆ ਤੈਨੂੰ। ਮੰਮਾ ਦੀ ਫੋਟੋ ਕਿੱਡੀ ਸੋਹਣੀ ਆਈ ਇੱਧਰ, ਨੈਚੁਰਲ ਪੋਜ਼। ਚਲੋ ਜੀ ਓਏ ਹੋਏ 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 ਦੀਦੀ ਜੀ, ਇੱਧਰ ਮੰਮਾ ਦੀ ਫੋਟੋ ਕਿੱਡੀ ਸੋਹਣੀ ਆ ਗਈ ਓਏ। ਹੈ ਟਿੱਡੂਆ ਨੱਚਣਾ ਪਿਆ, ਚੱਲ ਮਣੀ ਤੇਰੀ ਤੇ ਦੀਦੀ ਫੋਟੋ ਵੀ ਆ ਗਈ। ਉਹ ਐ ਟੋਰਾਂ ਮਣੀ ਪੂਰੀਆਂ, ਨਨਾਣ ਭਰਜਾਈ, ਨਨਾਣ ਭਰਜਾਈ ਟੋਰਾਂ ਪੂਰੀਆਂ ਹੈ, ਪੂਰੀਆਂ ਸੌ ਬੜਾ ਸੌ ਸੋਹਣੀ ਲੱਗਦੀ ਪਈ ਨਾ ਮਾਮੀ। ਇੱਧਰ ਜਿਹੜੇ ਸਾਈਨ ਕਰਦੇ ਹੁੰਦੇ ਆ ਮਣੀ, ਆ ਕੌਣ ਆ? ਇਹ ਦਾਦੀ, ਦਾਦੀ ਜੀ, ਦਾਦੀ ਜੀ, ਮਾਮੂ ਜੀ। ਇਹ ਮਾਮੂ ਜੀ, ਇਹ ਆ ਜੀ ਮਣੀ ਦਾ ਬ੍ਰਦਰ ਤੇ ਮਣੀ ਦੇ ਮੰਮਾ। ਸਾਲੀ ਸਾਹਿਬਾਂ ਤਿਆਰ, ਪੂਰੀ ਕੈਂਚੀ ਕੁੰਚੀ ਲੈ ਗਏ ਆ, ਬਰਫੀਆਂ ਬਰਫੀਆਂ ਰੱਖ ਕੇ। ਮਾਮਾ ਜੀ ਦੀ ਬੇਟੀ, ਛੋਟੇ ਮਾਮਾ ਜੀ ਦੀ, ਭੂਆ ਜੀ ਦੀ ਬੇਟੀ ਤਨੂੰ, ਤੇ ਇਹ ਜੀ ਮਣੀ ਦੀ ਰੀਅਲ ਸਿਸਟਰ, ਤੇ ਆਹ ਮਗਰ ਚਾਚਾ ਜੀ ਦੀ ਬੇਟੀ ਆ। ਇੱਧਰ ਜੀ ਲਾ ਲਿਆ ਸਾਲੀ ਨੇ ਨਾਕਾ, ਤੇ ਇੱਧਰ ਪੈ ਚੁੱਕੀ ਆ ਬਰਫੀ ਮੂੰਹ 'ਚ, ਰੀਬਨ ਕਟਿੰਗ। ਬੜਾ ਮਣੀ ਸਤਾਇਆ ਵੈਸੇ ਤੁਸੀਂ ਹੈ ਨਾ, ਤੁਹਾਡੇ ਮੇਰੇ ਸਾਲੀਆਂ ਨੇ ਬਹੁਤ ਸਤਾਇਆ ਮੈਨੂੰ, ਕੈਂਚੀ ਦਿੰਦੀਆਂ ਹੀ ਨਹੀਂ, ਪੈਸੇ ਦੇ ਗਏ, ਸਿੰਪਲ ਪੈਸੇ ਤੋਂ ਬਿਨਾਂ ਨਹੀਂ ਦਿੱਤੀ ਉਹਨਾਂ ਨੇ, ਪੰਜਾਂ ਦੀ ਕੈਂਚੀ ਤੇ ਇੰਨੇ ਪੈਸੇ ਲੈ ਗਈਆਂ ਪੰਜਾਂ ਦੀ ਕੈਂਚੀ 'ਚ। ਜੀ ਹੋ ਗਈ ਐਂਟਰੀ ਰੀਬਨ ਕਟਾਈ ਤੋਂ ਬਾਅਦ, ਇੱਧਰ ਪੈਂਦੇ ਪਏ ਭੰਗੜੇ। ਉਹ ਤੇਰੇ ਮੰਮਾ ਨੱਚਦੇ ਪਏ ਓਏ, ਅਵੀ ਇੱਧਰ ਵੇ ਨਾਨੀ ਵੀ ਨੱਚਦੇ ਪਏ। ਅਵੀ ਨਾਨੂ ਕਿੱਦਾਂ ਨੱਚਦੇ ਆ ਨਾਨੂ? ਨਾਨੂ ਐਵੇਂ ਨੱਚਦੇ ਆ, ਮਣੀ ਉਂਗਲ ਐਵੇਂ ਬਣਾਈਆਂ ਉਹਨੇ, ਦੱਸੀ ਪਾਪਾ ਸੇਮ। ਇੱਧਰ ਦੇਖੋ ਜੀ ਹੁਣ ਨਵੇਂ ਨਵੇਂ ਪੋਸਟ, ਮਣੀ ਤੂੰ ਉਹਦੇ ਟੋਰਾਂ ਹੀ ਬੜੀਆਂ ਕੱਢੀਆਂ, ਉਹ ਤਾਂ ਮੈਨੂੰ ਫਿੱਕਾ ਕਰਤਾ ਲਾਗੇ। ਹੈਂ ਟੋਰਾਂ ਕੱਢਣੀਆਂ ਨਹੀਂ ਗਿਆ ਸੀ? ਨਹੀਂ ਉਹ ਮੈਂ ਲੱਗੇ ਮੈਂ ਫਿੱਕਾ ਫਿੱਕਾ ਜਿਹਾ ਲੱਗਣ ਡੇ ਤੇਰੇ ਟੋਰ, ਹੱਦ ਹੋ ਗਈ ਯਾਰ। ਚਲੋ ਜੀ ਦੇਖ ਲਓ ਫੋਟੋਆਂ ਸਾਰੇ ਜਣੇ। ਇਹ ਮੇਰੀ ਮਾਸੀ ਦੀ ਬੇਟੀ ਆ, ਅਤੇ ਇਹ ਆ ਜੀ ਮਾਮਾ ਜੀ ਦਾ ਬੇਟਾ। ਇੱਧਰ ਆ ਸਾਰੇ, ਮਾਸੀ ਦੀ ਬੇਟੀ, ਪਾਪਾ, ਭਾਅ ਜੀ, ਫੁੱਫੜ ਜੀ, ਇਹ ਮੇਰਾ ਫਰੈਂਡ ਆ, ਇੱਧਰ ਮੰਮਾ ਵਾ, ਭੂਆ ਜੀ ਆ, ਦੀਦੀ ਆ, ਅਤੇ ਮਾਮਾ ਜੀ ਦਾ ਬੇਟਾ। ਆਹ ਪਤਾ ਨਹੀਂ ਕੌਣ ਹੈ ਵਿੱਚ, ਐਵੇਂ ਵਿਆਹ ਵੇਖਣ ਆ ਗਈ ਸੀ ਹੈ ਮਣੀ, ਲੱਗਣ ਤੇ ਤੇਰੇ ਕੀ ਡਈ ਆ ਉਹ ਦੱਸਤਾ ਨੀ ਮਾਮੂ ਆ। ਇੱਥੇ ਮੇਰਾ ਸੱਸ ਨਾਲ ਪਿਆਰ ਬੜਾ ਨੀ ਕੁੜੀਓ, ਸਹੀ ਗੱਲ ਆ ਨੀ ਕੁੜੀਓ? ਨਹੀਂ ਸਹੀ ਗੱਲ, ਪਿਆਰ ਬਹੁਤ ਆ ਇਹਨਾਂ ਦੋਵਾਂ ਦਾ, ਸੀਰੀਅਸਲੀ ਮਜ਼ਾਕ ਵਾਲੀ ਗੱਲ ਨਹੀਂ ਹੈ, ਬਹੁਤ ਪਿਆਰ ਆ ਮੰਮਾ ਦਾ ਤੇ ਸਾਡੀ ਮੋਟੋ ਦਾ। ਇਹ ਆ ਜੀ, ਹਾਂਜੀ ਇਹ ਆ ਜੀ ਸਾਡੀ ਕੰਪਲੀਟ ਫੈਮਿਲੀ, ਚਾਰ ਜਾਣੇ ਆ ਆਪਾਂ, ਪਾਪਾ, ਸਹਿਜ, ਮਣੀ, ਮੰਮਾ। ਇੱਧਰ ਆ ਜੀ ਐ ਮਣੀ, ਟਵਰਾਂ ਹੀ ਬੜੀਆਂ ਕੱਢੀਆਂ ਕਿਤੇ ਮੈਡਮ ਵੀ ਕਹਿਣ ਦੀਆਂ ਗੱਲਾਂ ਕਿਤੇ। ਹੁਣ ਚੱਲੇ ਹਾਂ ਜੀ ਸਟੇਜ 'ਤੇ, ਫੋਟੋਆਂ ਮਣੀ ਬਹੁਤ ਸੋਹਣੀ ਖਿੱਚੀਆਂ ਸੀ ਆਹ, ਵੀ ਕਿੱਡੀ ਸੋਹਣੀ ਫੋਟੋ ਆਈ ਆਪਣੇ ਦੋਵਾਂ ਦੀ। ਮੇਰੇ ਸਾਹਮਣੇ ਆਪਾਂ ਆਹ ਵੱਡੀ ਕਰਾਈ ਹੈ ਨਾ, ਇਹਦੇ ਨਾਲ ਦੀ ਆ ਕੋਈ ਹੈ ਨਾ ਵੱਡੀ ਕਰਾਈ ਜਿਹੜੀ ਆਪਾਂ। ਓਏ ਹੋਏ 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 ਹੋਏ, ਪਰਫੈਕਟ ਲਵ, ਆਈ ਲਵ ਯੂ ਮੋਰ ਦੈਨ ਆਈ ਕੈਨ ਸੇ, ਮਾਈ ਲਵ ਲਾਈਕ ਦਾ ਸਟਾਰ ਇਨ ਦਾ ਸਕਾਈ, ਆਈ ਲਵ ਯੂ ਫੋਰ ਐਵਰ। ਇੰਨੀ ਅੰਗਰੇਜ਼ੀ ਮਣੀ,
ਸੱਚ ਵਿੱਚ ਆਇਆ ਵੀ ਆ ਕਿ ਉਦਾਂ ਹੀ ਲਿਖਿਆ ਵਾ? ਹਾਂ, ਆਹ ਕਿਹੜੀ ਸੋਹਣੀ ਫੋਟੋ ਆਈ ਸਾਡੀ ਇੱਥੇ ਮਣੀ, ਤਾਜ਼ਾ ਤਾਜ਼ਾ ਰੋ ਕੇ ਆਈ ਸੀ ਫੋਟੋਆਂ ਖਿਚਾ ਕੇ, ਤਾਜ਼ਾ ਤਾਜ਼ਾ। ਆਹ ਦੱਸੋ ਜੀ ਫੈਮਲੀ ਹੁਣ ਆਪਣੀ। ਫੈਮਲੀ ਦੱਸੋ, ਜੀਜੂ ਜੀਜੂ ਆ, ਬ੍ਰਦਰ ਆ, ਮੰਮਾ ਆ, ਸਿਸਟਰ ਆ। ਹਾਂ ਜੀ, ਮਣੀ ਦੀ ਰੀਅਲ ਸਿਸਟਰ, ਇਹਨਾਂ ਦਾ ਹਸਬੈਂਡ, ਆ ਮਣੀ ਦਾ ਬ੍ਰਦਰ ਅਤੇ ਆ ਮਣੀ ਦੇ ਮੰਮਾ। ਇਹ ਆ ਜੀ ਮਣੀ ਦੇ ਦਾਦੀ ਜੀ, ਬ੍ਰਦਰ ਅਤੇ ਮੰਮਾ। ਇਹ ਆ ਜੀ ਮਣੀ ਦੇ ਦਾਦੀ ਜੀ, ਸਾਰੇ ਜਣੇ ਪੁੱਛਦੇ ਪਏ ਸੀ, ਦੇਖ ਲਓ ਜੀ ਹੁਣ। ਅਤੇ ਇੱਧਰ ਆ ਫੋਟੋ, ਇੱਧਰ ਆ ਜੀ ਸਾਡੀ ਫੈਮਲੀ, ਪਾਪਾ, ਮੈਂ, ਆਹ ਪਤਾ ਨਹੀਂ ਕੌਣ, ਅਤੇ ਤੂੰ ਉਸਲੇ ਬੋਲ ਯਾਰ ਮਾਮੀ, ਅਤੇ ਮਾਮੂ, ਅਤੇ ਆ ਮੰਮਾ, ਅਤੇ ਆ ਮਗਰ ਮਣੀ ਦੇ ਦਾਦੀ ਜੀ। ਹਾਂਜੀ ਦੱਸੋ ਜੀ ਅੱਗੇ। ਅੱਗੇ ਆ ਜੀ, ਇਹ ਆ ਜੀ ਮਣੀ ਦੀ ਭੂਆ ਜੀ ਦੀ ਫੈਮਲੀ, ਦੱਸੋ ਹੁਣ ਇਕੱਲੇ ਇਕੱਲੇ। ਜੀ ਆ ਭੂਆ ਜੀ ਆ, ਆ ਉਹਨਾਂ ਦਾ ਬੇਟਾ ਆ ਹਰਮਨ, ਅਤੇ ਉਹਨਾਂ ਦੀ ਬੇਟੀ ਤਨੂੰ, ਅਤੇ ਇਹ ਨੇ ਉਹਨਾਂ ਦੇ ਭੂਆ ਜੀ ਦੇ ਦਿਓਰ, ਅਤੇ ਇਹ ਉਹਨਾਂ ਦੀ ਵਾਈਫ, ਆਹ ਉਹਨਾਂ ਦੀ ਸਿਸਟਰ ਆ, ਵਾਈਫ ਦੀ ਸਿਸਟਰ, ਆਹ ਵੀ ਉਹਨਾਂ ਦੀ ਸਿਸਟਰ ਆ, ਅਤੇ ਆਹ ਨਾਲ ਭਾਜੀ, ਆਹ ਵੀ ਹਸਬੈਂਡ ਵਾਈਫ ਆ। ਬਹੁਤ ਵੱਡੀ ਫੈਮਲੀ ਆ, ਸਮਝ ਨਹੀਂ ਲੱਗਣੀ ਤੁਹਾਨੂੰ ਚੰਗੀ ਤਰ੍ਹਾਂ। ਚਲੋ ਮੇਨ ਮੇਨ ਦੱਸਤਾ ਸੀ। ਆਹ ਛੋਟੇ ਮਾਮਾ ਜੀ, ਨਾਲ ਮਾਮੀ ਜੀ ਆ, ਵੱਡੇ ਮਾਮਾ ਜੀ, ਮਾਮੀ ਜੀ। ਹਾਂਜੀ ਆਹ ਅੱਗੇ ਆ ਗਿਆ ਮਾਸੜ ਜੀ, ਆਹ ਮਾਸੜ ਜੀ ਮੇਰੇ ਮਾਸੀ ਆ, ਆਹ ਉਹਨਾਂ ਦਾ ਬੇਟਾ ਆ, ਅਤੇ ਆਹ ਉਹਨਾਂ ਦੀ ਨਾਲ ਵਾਈਫ ਆ, ਛੋਟਾ ਜਿਹਾ ਬੇਟਾ, ਛੋਟਾ ਜਿਹਾ ਬੇਟਾ। ਸਮਾਈਲ ਵੇ ਤੂੰ ਪਿੱਛੇ ਨੂੰ ਮੁੜ ਕੇ, ਫੋਟੋ ਆ ਗਈ ਨਾ ਮੇਰੀ, ਪਿੱਛੇ ਨੂੰ ਮੁੜ ਕੇ ਸਮਾਈਲ ਮੈਨੂੰ ਦੇਣੀ, ਇੱਥੇ ਰੱਖ, ਤੇ ਇਹਨਾਂ ਨੂੰ ਤੁਸੀਂ ਸਾਰਿਆਂ ਨੂੰ ਜਾਣਦੇ ਹੋ। ਇਹ ਆ ਜੀ ਮੇਰੇ ਮਾਸੀ ਜੀ ਦਾ ਮੁੰਡਾ, ਉਹਨਾਂ ਦੀ ਵਾਈਫ, ਇਹ ਮਾਸੜ ਜੀ, ਮਾਸੀ ਜੀ, ਇਹਨਾਂ ਦੇ ਬੇਟਾ ਆ, ਅਤੇ ਆਹ ਵਿਚਕਾਰ ਸਾਡੀ ਨਾਨੀ ਜੀ, ਅਤੇ ਆਹ ਵੀ ਮਾਸੀ ਆ, ਆਹ ਵੀ ਮਾਸੀ ਆ, ਆਹ ਨਾਨੀ ਜੀ ਆ, ਆਹ ਇਹਨਾਂ ਦਾ ਬੇਟਾ ਮਾਸੀ ਦਾ ਮੁੰਡਾ, ਅਤੇ ਆਹ ਵੀ ਮਾਸੀ ਜੀ ਦਾ ਬੇਟਾ ਵਾ, ਉਹਨਾਂ ਦੀ ਵਾਈਫ ਆ, ਅਤੇ ਇਹ ਆ ਜੀ ਮਾਮਾ ਜੀ, ਮਾਮੀ ਜੀ, ਉਹਨਾਂ ਦਾ ਬੇਟਾ, ਅਤੇ ਇੱਧਰ ਮੇਰੇ ਫਰੈਂਡਸ ਆ ਸਾਰੇ, ਇੱਧਰ ਵੀ। ਓਏ ਹੋਏ ਹੋਏ ਹੋਏ, ਮੈਂ ਨਾ ਵੀ ਪਿਆਰ ਤੇ ਡੋਡ ਡੋਲੀ ਪੈਣ ਡਿਆ, ਆਈ ਸੋਹਣੀ ਲੱਗਣੀ ਨਾ, ਸੋਹਣੇ ਲੱਗਣੇ ਨਾ, ਮਨੀ ਤੇਰਾ ਆਈਜ਼ ਮੇਕਅਪ ਬਹੁਤ ਸੋਹਣਾ, ਹਾਂ ਬਹੁਤ ਸੋਹਣਾ ਹੈ, ਆਈਜ਼ ਬਹੁਤ ਸੋਹਣੀ ਹੋਈ ਹੈ, ਲਾਈਟ ਜੀ ਆ। ਚਲੋ ਜੀ ਆ ਦੱਸੋ ਜੀ। ਹਾਂਜੀ ਆਇਆ ਮੇਰੇ ਚਾਚਾ ਜੀ, ਇਹ ਜੀ ਮਣੀ ਦੇ ਰੀਅਲ ਚਾਚਾ ਜੀ, ਹਾਂ ਰੀਅਲ ਚਾਚੀ, ਚਾਚੀ ਜੀ, ਉਹਨਾਂ ਦੀ ਬੇਟੀਆਂ, ਦੋ ਬੇਟੀਆਂ, ਆ ਛੋਟਾ ਜਨਾ ਦਾ, ਇਹ ਜੀ ਮੇਰਾ ਸਭ ਤੋਂ ਛੋਟਾ ਸਾਲਾ ਨੂਰ ਸਿੰਘ ਜੀ, ਆ ਕੌਣ ਆ? ਮਾਮੀ ਜੀ, ਮਾਮੂ ਜੀ, ਦਾਦਾ ਜੀ। ਦਾਦਾ ਜੀ, ਵੈਰੀ ਗੁੱਡ, ਇਹ ਆ ਜੀ ਅਵਿਨੂਰ ਸਿੰਘ ਜੀ ਦੇ ਦਾਦਾ ਜੀ। ਲਓ ਜੀ ਭੰਗੜਾ ਹੋ ਗਿਆ ਸਟਾਰਟ, ਸਟਾਰਟ ਸਟਾਰਟ, ਇੱਧਰ ਮੰਮੀ ਸੁੱਟਦੇ ਪਿਆ ਨੋਟ, ਆ ਵੀ ਫੋਟੋ ਸੋਹਣੀ ਬਣੀ, ਆਏ ਹਾਏ ਖੁਸ਼ੀਆਂ, ਆਏ ਹਾਏ ਕੀ ਗਾਣਾ ਹੁੰਦਾ ਆ ਕਿ ਤੇਰੀ ਤੇਰੀ ਮਹਿੰਦੀ ਲੱਤ ਦੀ, ਆ ਜਾ ਨੱਚ ਨਵੀਏ ਪਰ ਜਾਈਏ ਕਿਤੇ ਨੀ ਤੇਰੀ ਮਹਿੰਦੀ ਲੱਤ ਦੀ, ਤੇ ਭਾਬੀ ਨੇ ਨਾਲੇ ਗੇੜਾ ਦੇਤਾ ਇੱਕ, ਭਾਬੋ ਨਾ ਨਾਲੇ ਗੇੜਾ ਦੇਤਾ, ਇੱਧਰ ਇਹ ਅਵੀ ਓਏ ਨਾਨੂ ਦੇ ਕੁਛੜੇ ਜੜਿਆ ਤੂੰ, ਓਏ ਅਵੀ ਬਹੁਤ ਨੱਚਿਆ ਮੇਰੇ ਵਿਆਹ ਤੇ, ਹਨਾ ਅਵੀ ਨੱਚਿਆ ਸੀ ਨਾ, ਕਿੱਦਾਂ ਨੱਚਿਆ ਸੀ, ਤੇ ਇੱਧਰ ਜੀ ਡਾਂਸਿੰਗ ਡਾਂਸਿੰਗ ਹੁੰਦੀ ਪਈ ਆ, ਡਾਂਸਿੰਗ 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 ਮਾਨਸਿੰਗ, ਇਹ ਜੀ ਸਾਰੇ ਆਪੋ ਆਪਣਾ, ਹਾਂ ਸਾਰੇ ਆਪੋ ਆਪਣਾ ਨੱਚਦੇ ਪਏ, ਹਨਾ ਮਣੀ, ਆਹ ਤੇਰੇ ਦਾਦੂ ਨੋਟ ਸੁੱਟਦੇ ਪਏ ਸਾਡੇ ਉੱਤੇ, ਆਹ ਤੇਰੇ ਦਾਦੂ, ਇੱਥੇ ਰੱਖ ਮਾਮੂ ਜੀ, ਹੈ ਮਣੀ, ਹਾਂਜੀ ਲਹਿੰਗਾ ਤੇਰਾ ਬਹੁਤ ਸੋਹਣਾ ਹੈ, ਪਲੱਕੀ ਦੀ ਚੋਇਸ ਦਾ ਲਹਿੰਗਾ ਹੈ, ਹਾਂ ਜੋ ਮਣੀ ਹਾਂ ਲਹਿੰਗਾ ਲੈਣ ਗਈ ਸੀ ਉਦੋਂ ਮੈਂ ਨਾਲ ਗਿਆ ਸੀ, ਇਹ ਮੇਰੇ ਪਸੰਦ ਦਾ ਲਹਿੰਗਾ ਵਾ, ਚੂੜਾ ਵੀ ਮੇਰੇ ਪਸੰਦ ਦਾ ਵਾ, ਕਲੀਰੇ ਵੀ, ਆਹ ਸੈੱਟ ਵੀ, ਜਵੈਲਰੀ ਵਾਲਾ ਸਭ ਕੁਝ ਮੈਂ ਨਾਲ ਗਿਆ ਸੀ, ਨਾਲ ਪਸੰਦ ਕਰਕੇ ਦਿੱਤਾ ਸੀ, ਕਿੰਨਾ ਵਧੀਆ ਸੀ ਨਾ ਉਦੋਂ ਸ਼ੋਪਿੰਗ ਕੀਤੀ ਸੀ ਆਪਾਂ ਇਕੱਠਿਆਂ ਨੇ, ਆਪਾਂ ਇਕੱਠੇ ਸ਼ੋਪਿੰਗ ਕੀਤੀ, ਬਹੁਤ ਮਜ਼ਾ ਆਇਆ ਸੀ, ਇੱਧਰ ਆ ਜੀ, ਇਹ ਕੀ ਕਹਿੰਦੇ ਨੇ ਕੁੜਮ ਕੁੜਮਣੀਆਂ, ਕੁੜਮਣੀਆਂ ਕੁੜਮਣੀਆਂ ਕੁੜਮ ਕੁੜਮੀਆਂ ਨੀ ਸੱਚ ਕੁੜਮਣੀਆਂ, ਕੁੜਮ ਬੰਦੇ ਨੂੰ ਆਉਂਦੇ ਹਨਾ, ਤਿੱਦੂ ਆਏ ਤੂੰ ਕੀ ਖਾਂਦਾ ਪਿਆ ਸੀ, ਚੀਜੀ ਰੋਟੀ ਖਾਂਦਾ ਪਿਆ ਸੀ, ਕੁੜਮਣੀਆਂ, ਇੱਧਰ ਹੋ ਗਈ ਜੀ ਵਿਦਾਈ ਸ਼ੁਰੂ,
ਮਣੀ ਭਰਾ ਤੇਰਾ ਬੋਰ ਹੋਇਆ ਸੀ ਨਾ ਸ਼ੇਰਾ ਮੈਂ ਹੀ ਰਵਾਇਆ ਸਾਰਿਆਂ ਨੂੰ ਉਹ ਕਿੱਦਾਂ ਮੂੰਹ ਬਣਾਇਆ ਮੇਰੇ ਪੁੱਤ ਨੇ ਆਹ ਵੀ ਫੋਟੋ ਸੋਹਣੀ ਆਈ ਇੱਧਰ ਜੀ ਬੁਰਕੀਆਂ ਸਾਰੇ ਫੋਟੋਆਂ ਤੇ ਰੋਈ ਪਈ ਮੈਂ ਲੋ ਜੀ ਇੱਧਰ ਸ਼ੁਰੂ ਹੋ ਗਈ ਵਿਦਾਈ ਹੁਣੀ ਸਾਰੇ ਰੋਂਦੇ ਪਏ ਹਨਾ ਸਾਰੇ ਰੋਏ ਸਾਰੇ ਤੂੰ ਵੀ ਰੋਈ ਆ ਮੰਮਾ ਵੀ ਰੋਏ ਆ ਆਹ ਦੇਖ ਸ਼ੇਰਾ ਕਿੱਦਾਂ ਰੋਂਦਾ ਪਿਆ ਤਨੂੰ ਬਹੁਤ ਰੋਈ ਤਨੂੰ ਵੀ ਬਹੁਤ ਰੋਈ ਸੀ ਮਸੀ ਮੇਰੀ ਇੱਧਰ ਦੇਖੋ ਭੈਣ 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 ਨੇ ਉਦੋਂ ਨਹੀਂ ਰੋਣ ਦਿੱਤਾ ਮੈਨੂੰ ਲਾਸਟ ਤੱਕ ਤਾਂ ਬਾਕੀ ਜੋ ਸਾਰਿਆਂ ਨੇ ਰੋਲਿਆ ਨਾ ਉਹ ਤੋਂ ਬਾਅਦ ਪੈਲਸ ਵਿੱਚ ਬਹੁਤ ਰੋਈ ਇੱਧਰ ਦੇਖ ਤੇਰਾ ਅਥਰੂ ਵੀ ਦੇਖਦਾ ਪਿਆ ਸੀ ਇੱਧਰ ਦਾਦੀ ਜੀ ਇੱਧਰ ਚਾਚਾ ਜੀ ਕੋਈ ਨਹੀਂ ਬੜਾ ਰੋਇਆ ਮਾਮੀ ਦਾ ਅਥਰੂ ਵਗੰਦੇ ਮਾਮੀ ਤੇਰੀ ਬਹੁਤ ਰੋਈ ਸੀ ਉਦੋਂ ਪਰ ਹੁਣ ਨਹੀਂ ਜੱਟ ਨੇ ਰੋਣ ਦਿੱਤਾ ਹਨਾ ਲਓ ਜੀ ਡੋਲੀ ਨੂੰ ਧੱਕਾ ਲੱਗ ਗਿਆ ਵਿਦਾਈ ਹੋ ਗਈ ਇੱਧਰ ਪਹੁੰਚ ਗਏ ਜੀ ਅਸੀਂ ਘਰੇ ਆ ਗਏ ਆਂਦੇ ਭਲਾ ਇੱਥੇ ਪਾਣੀ ਵਾਰਨਾ ਪਾਣੀ ਵਾਰ ਬੰਨੇ ਦੀਏ ਮਾਏ ਬੰਨਾ ਬੰਨੀ ਵਾਰ ਮਣੀ ਬੰਨਾ ਬੰਨੀ ਬੰਨਾ ਤੇ ਬੰਨੀ ਸਿੰਗਲ ਗਏ ਡਬਲ ਹੋ ਕੇ ਆਏ ਹਾਂ ਇੱਧਰ ਘਰੇ ਆ ਗਏ ਸੀ ਆਪਾਂ ਤੇ ਇੱਧਰ ਫੇਰ ਬੁਰਕੀਆਂ ਇਹ ਆ ਜੀ ਨਾਨੀ ਜੀ ਸਾਡੇ ਜੀ ਘਰ ਆ ਕੇ ਹੋ ਗਿਆ ਸਟਾਰਟ ਫਿਰ ਤੋਂ ਭੰਗੜਾ ਮੈਨੂੰ ਪੱਗ ਲਾਤੀ ਸੀ ਮੈਂ ਉਦੋਂ ਕਿਉਂਕਿ ਸਵੇਰ ਦੀ ਵੱਜੀ ਸੀ ਨਾ ਇੱਧਰ ਪੈਂਦਾ ਪਿਆ ਜੀ ਭੰਗੜਾ ਛੰਗੜਾ ਐਂ ਇੱਥੇ ਲੱਗਣਾ ਹੁਣ ਨੱਚ ਨਵੀਂ ਏ ਪਰ ਜਾਈਏ ਕਿਤੇ ਨਹੀਂ ਤੇਰੀ ਮਹਿੰਦੀ ਲਾਤੀ ਜੀ ਇਹ ਪੈ ਗਏ ਪਟਾਕੇ ਅਤੇ ਹੈਪੀ ਐਂਡਿੰਗ ਲਓ ਜੀ ਮਣੀ ਸਾਰਾ ਕੁਛ ਚੇਤਾ ਆ ਗਿਆ ਨਾ ਵੇਖ ਕੇ ਸਭ ਕੁਛ ਇਕੱਲੀ ਇਕੱਲੀ ਮੂਵਮੈਂਟ ਚੇਤਾ ਆ ਗਈ ਆ ਵਿਆਹ ਦੀ ਇਕੱਲੀ ਇਕੱਲੀ ਸ਼ਾਪਿੰਗ ਹਾਂਜੀ ਜੀ ਸਾਰਿਆਂ ਨੇ ਦੱਸਿਓ ਕਮੈਂਟ ਕਰਕੇ ਸਾਡੀ ਵਿਆਹ ਵਾਲੀ ਐਲਬਮ ਕਿਵੇਂ ਦੀ ਲੱਗੀ ਫੋਟੋਸ ਕਿਵੇਂ ਦੀਆਂ ਲੱਗੀਆਂ ਕਿਵੇਂ ਦੀ ਮਣੀ ਤਿਆਰ ਹੋਈ ਸੀ ਕਿਵੇਂ ਦਾ ਮੈਂ ਲੱਗਦਾ ਪਿਆ ਸੀ ਅਤੇ ਸਾਨੂੰ ਐਲਬਮ ਦੇ ਕੇ ਪੂਰਾ ਵਿਆਹ ਚੇਤਾ ਆ ਗਿਆ ਕਿੱਦਾਂ ਹੀ ਸ਼ਾਪਿੰਗ ਕੀਤੀ ਸੀ ਕਿੱਦਾਂ ਸਭ ਕੁਛ ਇਕੱਲੀ ਇਕੱਲੀ ਮੂਵਮੈਂਟ ਸਾਰਾ ਕੁਛ ਚੇਤੇ ਆ ਗਿਆ ਇੱਕ ਵਾਰੀ ਹਾਂ ਵਧੀਆ ਸੀ ਨਾ ਵੀ ਟਾਈਮ ਬਹੁਤ ਵਧੀਆ ਸੀ ਅਸੀਂ ਕਈ ਕਈ ਮੂਵੀ ਵੀ ਦੇਖਦੇ ਹੁੰਦੇ ਵਿਆਹ ਦੀ ਐਲਬਮ ਵੀ ਦੇਖਦੇ ਹੁੰਦੇ ਹਾਂ ਸਾਨੂੰ ਸਾਰਾ ਪੁਰਾਣਾ ਟਾਈਮ ਚੇਤੇ ਆ ਜਾਂਦਾ ਮੈਨੂੰ ਬਾਹਰ ਵੀ ਲੈ ਜਾਂਦੇ ਸਾਰਾ ਕੁਛ ਅਸੀਂ ਉੱਥੇ ਵੀ ਦੇਖਿਆ ਕਰਾਂਗੇ ਅਤੇ ਸਾਰੇ ਜਣੇ ਦੱਸਿਓ ਤੁਸੀਂ ਕਮੈਂਟ ਕਰਕੇ ਕਿ ਕਿਵੇਂ ਦਾ ਲੱਗਾ ਕਿਵੇਂ ਦੀ ਸਾਰਿਆਂ ਨੂੰ ਐਲਬਮ ਲੱਗੀ ਆ ਓਕੇ 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 ਜੀ ਬਾਏ ਗੁੱਡ ਨਾਈਟ 12 ਵੱਜ ਗਏ ਆ ਅਸੀਂ ਵੀ ਲੱਗੇ ਹਾਂ ਸੌਣ ਅਤੇ ਸਾਰੇ ਜਣੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਕਿਵੇਂ ਦੀ ਲੱਗੀ ਆ ਸਾਡੀ ਵਿਆਹ ਦੀ ਐਲਬਮ ਹਾਂਜੀ ਕਿ ਸਾਡਾ ਤੁਸੀਂ ਵੀ ਸਾਰਿਆਂ ਸਾਡਾ ਵਿਆਹ ਵੇਖ ਲਿਆ ਹੁਣ ਸਗਨ ਤਾਂ ਤੁਸੀਂ ਪਹਿਲਾਂ ਵੇਖ ਲਿਆ ਸੀ ਹੁਣ ਤੁਸੀਂ ਸਾਡਾ ਵਿਆਹ ਦੇਖ ਲਿਆ ਓਕੇ ਜੀ ਬਾਏ ਗੁੱਡ ਨਾਈਟ ਬਾਏ ਗੁੱਡ ਨਾਈਟ